ਮਾਈ ਛੋੜ ਜਾਂਦਾ ਮੈਂ ਬੜੇ ਦੋ ਗਲੇ ਛੋੜ ਜਾਂਦਾ ਕੈਮਰੇ ਚੰਗੇ ਆ ਵੀਰੇ ਪੌੜੀ ਪੜ ਲਾਂਗੇ ਪੌੜੀ ਪੜ ਹਾਂਜੀ ਸਾਨੂੰ ਇੱਕ ਰਾਤ ਇੰਟੀਮੇਸ਼ਨ ਆਈ ਸੀ ਡਿਵੀਜ਼ਨ ਨੰਬਰ 2 ਵਿਖੇ ਸੰਜੇ ਕਲੋਨੀ ਵਿਖੇ ਲੜਾਈ ਝਗੜਾ ਹੋਣ ਦੀ ਜਿਸ 'ਤੇ ਜਾ ਕੇ ਉੱਥੇ ਵੈਰੀਫਾਈ ਕੀਤਾ ਗਿਆ ਕਿ ਅਵਤਾਰ ਸਿੰਘ ਤਾਰੀ ਪੁੱਤਰ ਸ਼ਿੰਦਰ ਸਿੰਘ ਨਾਂ ਦਾ ਵਿਅਕਤੀ ਇੰਜਰਡ ਹੋਇਆ ਸੀ ਉੱਥੇ ਲੜਾਈ ਝਗੜੇ ਦੌਰਾਨ, ਜਿਸ ਨੂੰ ਉੱਥੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਉੱਥੇ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਅਤੇ ਜਿੱਥੇ ਉਸਦੀ ਦੌਰਾਨੇ ਇਲਾਜ ਮੌਤ ਹੋ ਚੁੱਕੀ ਹੈ ਅਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਥਾਣਾ ਕੋਤਵਾਲੀ ਵਿਖੇ ਅੰਡਰ ਸੈਕਸ਼ਨ 302 ਅਸੀਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ। ਇਹ ਕਰੀਬ ਕੁੱਲ ਮਿਲਾ ਕੇ 30-35 ਵਿਅਕਤੀਆਂ ਨੇ ਜੋ ਹਮਲਾ ਕੀਤਾ ਜੋ ਉੱਥੇ ਵੈਰੀਫਾਈ ਕਰਨ ਦੇ ਸਾਹਮਣੇ ਕਾਰਨ ਇਹਨਾਂ ਦੀ ਦੋਨਾਂ ਵਿਅਕਤੀਆਂ ਦੀ ਆਪਸ ਦੇ ਵਿੱਚ ਲੜਾਈ ਝਗੜੇ ਦੇ ਮੁਕੱਦਮੇ ਦਰਜ ਨੇ ਕਾਫ਼ੀ ਮ੍ਰਿਤਕ ਦੇ ਵੀ ਦੋਸ਼ੀਆਂ ਦੇ ਵੀ ਅਤੇ ਆਪਸ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ। ਹਾਂਜੀ ਬਿਲਕੁਲ ਇਹ ਫਿਲਹਾਲ ਤਾਂ ਜੋ ਉੱਥੇ ਵੈਰੀਫਾਈ ਕਰਨ ਦੇ ਪਤਾ ਇਹਨੇ ਕੋਈ ਉੱਥੇ ਜਾਨਵਰ ਵਗੈਰਾ ਹੀ ਰੱਖੇ ਸੀ ਵਿਹਲੇ ਪਾਈ ਪੀ ਸੀ। ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ, ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ।